ਬੋਕਣਾ ਇੱਥੇ ਘੁਮਾਇਆ ਤਾਂ ਮੇਰੇ ਵੀਰੋ ਸਤਿ ਸ਼੍ਰੀ ਅਕਾਲ ਅੱਜ ਤੁਹਾਨੂੰ ਦੱਸਦੇ ਹਾਂ ਅਸੀਂ ਅੱਜ ਅਸੀਂ ਨਵੀਂ ਗੱਡੀ ਲੈ ਜਾਣ ਨਵੀਂ ਗੱਡੀ ਅਸੀਂ ਨਵੀਂ ਗੱਡੀ ਲੈ ਕੇ ਆਉਣੇ ਹਾਂ ਦੱਸੋ ਕਿਹੜੀ ਲੈ ਕੇ ਆਈਏ ਕਮੈਂਟਾਂ 'ਚ ਦੱਸਿਓ ਕਮੈਂਟਾਂ ਤੁਸੀਂ ਲੈ ਆਉਂਦੀ ਦੱਸੋ ਕਮੈਂਟਾਂ 'ਚ ਵੀ ਕਿਹੜੀ ਗੱਡੀ ਆਈ ਕਮੈਂਟਾਂ 'ਚ ਇੱਕ ਗੱਲ ਦੱਸ ਸਕਦੇ ਹਾਂ ਵੀ ਗੱਡੀ ਵਧੀਆ ਕਿ ਨਹੀਂ ਵਧੀਆ ਕਿਆ ਲੈਣੀ ਸੀ ਕਿਆ ਲੈਣੀ ਸੀ ਤੇ ਵਧੀਆ ਲੱਗੀ ਅਸੀਂ ਸੋਚਿਆ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਈ ਸਬਸਕ੍ਰਾਈਬ ਮੰਗ ਲੈ ਲੋ ਦੇਖ ਤਾਂ ਲੈਣ ਦੇ ਉਹਨਾਂ ਜੇ ਲੱਗੀ ਤਾਂ ਠੀਕ ਜੇ ਲੱਗੀ ਵੀਡੀਓ ਵਧੀਆ ਤੇ ਫਿਰ ਸਾਡੀ ਸਲਾਹ ਬਣੀ ਹੈ ਸਾਡੀ ਛੋਟੀ ਗੱਡੀ ਲੈਣ ਦੀ ਛੋਟੀ ਗੱਡੀ ਲੈਣੀ ਅਸੀਂ ਦੇਖਿਆ ਅਸੀਂ ਪਸੰਦ ਕੀਤੀ ਮਰੂਤੀ ਜਨ ਵਗੈਰਾ ਵਗੈਰਾ ਹਾਂ ਫਿਰ ਅਸੀਂ ਪਸੰਦ ਕੀਤੀ ਆ ਸਲੈਰੀਓ ਮਾਡਲ ਸਲੈਰੀਓ ਪਸੰਦ ਆਈ ਸਾਨੂੰ ਗੱਡੀ ਕਿਉਂਕਿ ਕਿਹੜੀ ਕਰੇਟਾ ਗੱਡੀ ਆ ਉਹ ਬਹੁਤ ਵੱਡੀ ਹੋ ਜਾਂਦੀ ਆ ਤੇ ਉਹ ਨੇੜੇ ਤੇੜੇ ਜਾਣ ਨੂੰ ਖਰਚੇ ਕਰਾਉਂਦੀ ਆ ਇਹ ਤਾਂ ਚੱਲਦੀ ਨਾ ਤੇ ਨਿਕਲਦੀ ਆ ਇਸ ਕਰਕੇ ਫਿਰ ਸਾਨੂੰ ਇੱਕ ਛੋਟੀ ਗੱਡੀ ਦੀ ਲੋੜ ਸੀ ਜਿਹੜੀ ਕੀ ਹੈਗੀ ਆ ਸਲੈਰੀਓ ਤੇ ਅਸੀਂ ਅੱਜ ਉਹਨੂੰ ਲੈ ਜਾਣ ਜਾਂਦੇ ਆ ਮਗਲ ਕੱਲਾ ਮੈਂ ਲੈਣ ਜਾਂਦਾ ਤੇ ਇਹਦਾ ਘਰੀ ਬੈਠੂਗਾ ਚਲੋ ਚੱਲੀਏ ਤੇ ਅਸੀਂ ਹੁਣ ਤੁਸੀਂ ਦੇਖੋ ਮੈਂ ਗਿਆ ਸੀ ਲੈਣ ਸਲੈਰੀਓ ਚੱਕ ਕੇ ਲੈ ਜਾਣੀ ਆਪਾਂ ਦੇਖ ਲਓ ਤੁਸੀਂ ਕਹਿ ਜੀ ਹੈ ਤੁਹਾਨੂੰ ਮੈਂ ਅੰਦਰੋਂ ਦਿਖਾ ਦਿੰਦਾ ਇੰਟੀਰੀਅਰ ਕੁਛ ਇਹੋ ਜਿਹਾ ਇਹਦਾ ਅਤੇ ਆਹ ਪਿੱਛੇ ਵਾਲੀ ਜਾਣੀ ਬਾਕੀ ਦੇਖ ਲਓ ਤੁਸੀਂ ਕਿਹੋ ਜਿਹੀ ਲੱਗੀ ਗੱਡੀ ਕਮੈਂਟ ਕਰਕੇ ਦੱਸ ਦਿਓ ਵੀ ਵਧੀਆ ਗੱਡੀ ਲਈ ਹੈ ਕਿ ਨਹੀਂ ਊਂ ਕਰੇਟਾ ਯਾਰ ਵੱਡੀ ਗੱਡੀ ਹੋ ਗਈ ਸੀ ਬਾਹਲੀ ਇਸ ਕਰਕੇ ਇੱਕ ਛੋਟੀ ਗੱਡੀ ਚਾਹੀਦੀ ਆ ਨੇੜੇ ਤੇੜੇ ਵਾਸਤੇ ਫਿਲਹਾਲ ਤਾਂ ਮੈਨੂੰ ਵਧੀਆ ਲੱਗ ਰਹੀ ਆ ਬਾਕੀ ਦੇਖਦੇ ਹਾਂ ਕਿਵੇਂ ਚੱਲਦੀ ਆ ਬਾਕੀ ਤੁਹਾਨੂੰ ਮੈਂ ਪਿੱਛੇ ਦਿਖਾਉਂਦਾ ਬਾਕੀ ਤੁਸੀਂ ਪਿੱਛੋਂ ਦਾ ਦੇਖ ਲਈ ਬੂਟ ਸਪੇਸ ਆ ਆ ਸਾਈਡ ਲੁੱਕ ਆ ਗਈ ਦੇਖੋ ਜੀ ਆਪਣੀ ਸ਼ੋਰੂਮ ਆ ਇਹ ਜਿਹੜਾ ਕੋਈ ਮਰਜ਼ੀ ਚੱਕ ਲਓ ਆ ਦੇਖੋ ਕੋਈ ਨਹੀਂ ਆਪਾਂ ਹੀ ਬੈਠਣਾ ਦੇਖੋ ਆਪਾਂ ਮਾਲਕ ਆਪਾਂ ਚੇਅਰ 'ਤੇ ਉਹ ਬੜੀ ਗੱਡੀ ਅਤੇ ਦੱਸੋ ਕਿਹੜੀ ਗੱਡੀ ਲੈਣੀ ਆ ਖੜ੍ਹੇ ਹਾਂ ਜੀ ਆਪਾਂ ਬੈਠੇ ਹਾਂ ਜਿਹੜਾ ਕਸਟਮਰ ਆਇਆ ਆਪਾਂ ਕਹਿੰਦਾ ਚਲੋ ਤੁਰਦਾ ਗੱਡੀ ਆ ਜਾ ਏਜੰਸੀ ਅਸੀਂ ਨਹੀਂ ਬਣਾਉਣਾ ਤੈਨੂੰ ਨਹੀਂ ਮਜ਼ਾਕ ਕਰਨਾ ਅਤੇ ਆਪਾਂ ਇਕੱਲੇ ਹੀ ਹਾਂ ਇਸ ਟਾਈਮ ਇੱਥੇ ਦੇਖੋ ਇੰਨੀ ਚੱਲਦੀ ਆ ਮੇਰੀ ਇਕੱਲਾ ਹੀ ਬੈਠਾ ਵੱਡੀ ਕੋਲੀ ਕੋਲੇ ਗੱਡੀ ਖੜ੍ਹੀ ਆ ਆਹ ਚਾਬੀ ਪਈ ਆ ਨਾਲ ਪਾਣੀ ਰੱਖਿਆ ਪਿਆ ਜੇ ਨਹਾਉਣਾ ਨਹਾਉਣਾ ਪਵੇ ਬਾਕੀ ਮੇਰੇ ਏਅਰਪੋਰਟ ਪਏ ਨੇ ਰੇ ਮੇਰੇ ਕੋਲ ਹੋਰ ਏਅਰਪੋਰਟ ਪਏ ਨੇ ਜੇਬ 'ਚ ਬਸ ਬਸ ਵਾਲੇ ਦਿਖਾਉਣੇ ਹੁੰਦੇ ਅਤੇ ਆਪਣੀ ਮਾਂ ਦਾ ਕੋ ਜਾਂ ਮਰਜ਼ੀ ਆ ਜਾਓ ਇੱਥੇ ਕੈਲੀਫੋਰਨੀਆ 'ਚ ਆ ਮੈਂ ਇਸ ਟਾਈਮ ਅਤੇ ਆ ਕੇ ਜਾਂ ਮਰਜ਼ੀ ਮਿਲ ਦਿਓ ਇੱਥੇ ਇਕੱਲਾ ਹੀ ਹੁੰਦਾ ਮੈਂ ਆਹ ਦੇਖ ਲਓ ਵੀ ਕਿਹੜੀ ਗੱਡੀ ਹੋਰ ਤੁਹਾਨੂੰ ਪਸੰਦ ਆਉਂਦੀ ਇਹਦੇ ਫੋਟੋਆਂ ਲੱਗੀਆਂ ਪਈਆਂ ਨੇ ਬਸ ਇਹੀ ਕਹਿਣਾ ਸੀ ਸਤਿ ਸ਼੍ਰੀ ਅਕਾਲ ਵਲੌਗ ਦੇਖਿਆ ਅਤੇ ਗਾਂਹ ਦੇਖੋ ਕੀ ਬਣਦਾ ਅਤੇ ਕਿਹੋ ਜਿਹੀ ਚੱਲਦੀ ਇਹਨੂੰ ਦਿਖਾਉਂਦੇ ਹਾਂ 2000 years later ਲਓ ਮੇਰੇ ਵੀਰੋ ਗੱਡੀ 'ਚ ਆਪਾਂ ਹੁਣ ਤੇਲ ਪਵਾ ਕੇ ਘਰੇ ਚੱਲਦੇ ਹਾਂ ਮੋਟਰਸਾਈਕਲ ਮੇਰੇ ਕੋਲ ਆ ਅਤੇ ਬਸ ਮਿਲਦੇ ਹਾਂ ਤੁਹਾਨੂੰ ਘਰੇ ਜਾ ਕੇ ਜਿਵੇਂ ਕਿ ਤੁਸੀਂ ਦੇਖਿਆ ਮੈਂ ਏਜੰਸੀ ਵਿੱਚ ਬੈਠਾ ਸੀ ਏਜੰਸੀ ਕਾਹਨੂੰ ਏਜੰਸੀ ਤੋਂ ਗੱਡੀ ਲਿਆ ਕੇ ਛੋਟੀ ਏਜੰਸੀ 'ਚ ਜਾਣੀ ਸ਼ੋਰੂਮ 'ਚ ਰੱਖਤੀ ਸੀ ਬਸ ਉੱਥੇ ਮੈਂ ਇਕੱਲੇ ਹੀ ਬੈਠਾ ਸੀ ਜਿਵੇਂ ਕਿ ਤੁਸੀਂ ਫਿਰ ਦੇਖੀ ਨਾ ਜਿਵੇਂ ਕਿ ਤੁਸੀਂ ਦੇਖਿਆ ਮੈਂ ਏਜੰਸੀ 'ਚ ਇਕੱਲੇ ਹੀ ਬੈਠਾ ਸੀ ਅਤੇ ਇਕੱਲੇ ਹੀ ਉੱਥੇ ਕਿਉਂਕਿ ਵੱਡੇ ਤੋਂ ਏਜੰਸੀ ਤੋਂ ਲਿਆ ਕੇ ਛੋਟੇ ਸ਼ੋਰੂਮ 'ਚ ਰੱਖਤੀ ਸੀ ਅਤੇ ਫਿਰ ਉੱਥੋਂ ਮੈਂ
ਤੁਹਾਨੂੰ ਮਾੜੀ ਦਿਖਾਈ ਗੱਡੀ ਕਿਵੇਂ ਦੀ ਆ ਤੇ ਲਾਏ ਲੂਏ ਹਲੇ ਪਾਉਣੇ ਰਹਿੰਦੇ ਨੇ ਤੇ ਉਹ ਵੀ ਤੁਹਾਨੂੰ ਪਵਾ ਕੇ ਦਿਖਾਵਾਂਗੇ ਤੇ ਬਾਕੀ ਹੋਰ ਚੀਜ਼ਾਂ ਕੁਛ ਕੁਛ ਪਾਉਣੀਆਂ ਰਹਿੰਦੀਆਂ ਨੇ ਟੈਸਟ ਡਰਾਈਵ ਲੈ ਕੇ ਦਿਖਾਵਾਂਗੇ ਤੁਹਾਨੂੰ ਕਿਵੇਂ ਗੱਡੀ ਚੱਲਦੀ ਆ ਕਿਹੋ ਜਿਹੀ ਆ ਤੇ ਤੁਹਾਨੂੰ ਕਿਵੇਂ ਦੀ ਲੱਗੀ ਗੱਡੀ ਕਮੈਂਟ ਕਮੁੰਟਾਂ 'ਚ ਮਾਰ ਕੇ ਦੱਸ ਦਿਓ ਵੀਡੀਓ ਕਿਹੋ ਜਿਹੀ ਲੱਗੀ ਦੱਸ ਦਿਓ ਅਤੇ ਗੱਡੀ ਵੀ ਕਿਸੇ ਨੇ ਕੋਈ ਦੱਸ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਲਓ ਮੇਰੇ ਵੀਰੋ ਅਸੀਂ ਬੈਠੇ ਹੁਣ ਗੱਡੀ 'ਤੇ ਟੈਸਟ ਡਰਾਈਵ ਲੈਣ ਜਾਂਦੇ ਹੋਣੇ ਹਾਂ ਅਤੇ ਅਸੀਂ 2-3 ਦਿਨ ਬਾਅਦ ਬਣਾਉਂਦੇ ਹਾਂ ਬਾਰੀ ਕਨੈਕਟਰ ਸਾਈਡ ਬੈਠਣ ਦੀ ਹੌਲੀ ਹੌਲੀ ਚੱਲੀ ਤੇਜ਼ ਨਾ ਲਓ ਮੇਰੇ ਵੀਰੋ ਗੇੜਾ ਕੱਢਿਆ ਹੁੰਦਾ ਅਸੀਂ ਹੁਣ ਗੱਡੀ ਤਾਂ ਸਮੂਥ ਚੱਲਦੀ ਆ ਨਹੀਂ ਕੋਈ ਔਖਾ ਨਹੀਂ ਹਲੇ ਅਸੀਂ ਕੱਚੇ ਡਰਾਈਵਰ ਹਾਂ ਮਾੜੇ ਮੋਟੇ ਬਾਕੀ ਸਾਨੂੰ ਤਾਂ ਕੋਈ ਪਰ ਬਾਕੀ ਗੱਡੀ ਤਾਂ ਹਾਲੇ ਵਧੀਆ ਚੱਲਦੀ ਆ ਫਿਰ ਜਿਵੇਂ ਤੁਹਾਨੂੰ ਪਤਾ ਹੋਵੇ ਵੀ ਗੱਡੀ ਤੁਸੀਂ ਦੇਖ ਲਈ ਹੁਣ ਡਰਾਈਵ ਵੀ ਦੇਖ ਲਈ ਠੀਕ ਚੱਲਦੀ ਆ ਬਸ ਤੁਸੀਂ ਹੁਣ ਦੱਸਿਓ ਵੀ ਕਮੈਂਟਾਂ 'ਚ ਵਧੀਆ ਗੱਡੀ ਹੈ ਕਿ ਨਹੀਂ ਹੈਗੀ ਅਤੇ ਲਾਈਕ ਕਰ ਦਿਓ ਕਮੈਂਟ ਕਰ ਦਿਓ ਸਬਸਕ੍ਰਾਈਬ ਕਰ ਦਿਓ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਆ ਅਤੇ ਧੰਨਵਾਦ ਬਸ ਧੰਨਵਾਦ